ਥੀਏਟਰ ਵਿੱਚ ਇਸ ਜਹਾਨੋ ਦੂੜ ਕਿਤੇ ਚੱਲ ਜੰਦੀ ਏ ਦਾ ਅੱਜ ਹੈ ਪੰਜਵਾਂ ਦਿਨ ਇਹ ਮੂਵੀ ਪੰਜਵੇਂ ਦਿਨ ਕਿੰਨੀ ਕਮਾਈ ਕਰ ਰਹੀ ਹੈ ਇਸ ਮੂਵੀ ਦਾ ਐਪਰੋਕਸ ਬਜਟ 10 ਕਰੋੜਸ ਹੈ ਇਸ ਮੂਵੀ ਨੇ ਆਪਣੇ ਪਹਿਲੇ 4 ਦਿਨਾਂ ਵਿੱਚ 3 ਕਰੋੜ ਦੀ ਕਮਾਈ ਕੀਤੀ ਜੇ ਇਸ ਮੂਵੀ ਦੇ ਅੱਜ ਦੇ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਇਹ ਮੂਵੀ ਇੰਡੀਆ ਤੋਂ ਕਮਾ ਰਹੀ ਹੈ 19 ਲੱਖ ਰੁਪਏ ਜੇ ਇੰਡੀਆ ਤੋਂ ਬੜਾ ਵਰਲਡ ਵਾਈਡ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਇਹ ਮੂਵੀ ਇਹ ਮੂਵੀ ਵੀ ਲੱਖ ਦੀ ਕਮਾਈ ਕਰ ਰਹੀ ਹੈ ਜੇ ਇਸ ਮੂਵੀ ਦੇ ਪੰਜਾਂ ਦਿਨਾਂ ਦਾ ਟੋਟਲ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਮੂਵੀ 3 ਕਰੋੜ 37 ਲੱਖ ਦੀ ਕਮਾਈ ਕਰ ਚੁੱਕੀ ਹੈ ਇਹ ਹੁਣ ਵਾਲੇ ਦਿਨਾਂ ਚ ਕਿੱਟ ਮੂਵੀ ਸਾਬਿਤ ਹੋ ਜਾਵੇਗੀ